ਤੁਹਾਡੇ ਕੀ ਦਾ ਜੀ ਕੌਫੀ ਪਾਉਂਦੇ ਸੀ ਕੌਫੀ ਵਾਲੀ ਚਾਹ ਪਾਉਣੀ ਸੀ ਉਹ ਮੈਨੂੰ ਕਿਤੇ ਮਿਲ ਨੀ ਰਹੀ ਚਾਹ ਪਾਉਣੀ ਹੁੰਦੀ ਸੀਗੀ ਪਾਉਣ ਵਾਸਤੇ ਇਹ ਵੀ ਗਲਾਸ ਆਈ ਠੀਕ ਹੈ ਜੀ ਇਹ ਮਰਾਦਾ ਵਾਦੀ ਹੈ ਅੱਛਾ ਜੀ ਬੋਤਲ ਦਿਖਾਓ ਜੀ ਬੋਤਲ ਹੈਗੀ ਵੀ ਸ਼ਰਾਬ ਵਾਲੀ ਪਾ ਲੈਂਦੇ ਉੱਪਰ ਇਹ ਵੀ ਪੁਰਾਣੀ ਹੈ ਜੀ ਹਾਂਜੀ ਇਹ ਤਸਵੀਰ ਬਣੀ ਹੋਈ ਹੈ ਮਹੀਵਾਲ ਦੀ ਲਾ ਲਓ ਤੁਸੀਂ ਜਾਂ ਵੀ ਕਿਸੇ ਕਿਹੜੀ ਤਾਂਤ ਦੀ ਹੈ ਜੀ ਇਹ ਵੀ ਪਿੱਤਲ ਦੀ ਹੈ ਪਿੱਤਲ ਦੀ ਹੈ ਬੋਤਲ ਪੈ ਜਾਂਦੀ ਹੈ ਸਬ ਤੋਂ ਵੱਧ ਪੁਰਾਣੀ ਕਿਹੜੀ ਚੀਜ਼ ਹੈ ਜੀ ਸਬ ਤੋਂ ਪੁਰਾਣੀ ਤਾਂ ਵੀ ਮਤਲਬ ਆਹ ਤੇ ਆਹ ਡੱਬਾ ਮਤਲਬ ਆਹ ਕੈਟਲ ਸਾਰੀਆਂ ਉਹਨਾਂ ਦੀ ਨੇ ਮਤਲਬ ਸਾਡੇ ਦੀਆਂ ਵੀ ਮਤਲਬ ਦੇਖੋ ਮੇਰੇ ਪਾਪਾ ਜੀ ਵੀ 80 ਸਾਲ ਦੇ ਹੋ ਕੇ ਪੂਰੇ ਹੋ ਗਏ ਉਹਨਾਂ ਦੇ ਮੰਮੀ ਹੋ ਗਏ ਫਿਰ ਉਹ ਅਗਲੀ ਪੀੜੀ ਫਿਰ ਉਹਨਾਂ ਦੇ ਮੰਮੀ ਹੋ ਗਏ ਫਿਰ ਉਦੋਂ ਉਹਨਾਂ ਦੇ ਨਾਨੀ ਜੀ ਹੋ ਗਏ 250 ਸਾਲ ਦੇ ਕਰੀਬ ਹੋ ਗਏ ਹਾਂਜੀ 250 ਸਾਲ ਦੇ ਕਰੀਬ ਠੀਕ ਹੈ ਸਾਰੀਆਂ ਚੀਜ਼ਾਂ ਬਹੁਤ ਵਧੀਆ ਹਜੇ ਹੋਰ ਹੈਗਾ ਮੇਰੇ ਕੋਲ ਸਮਾਨ ਮੈਂ ਆਹ ਪਿਛਲਾ ਇਸੇ ਲਈ ਤਿਆਰ ਕਰ ਰਹੀ ਹਾਂ ਉਹ ਚ ਸਾਰੀਆਂ ਚੀਜ਼ਾਂ ਹੀ ਡੈਕੋਰੇਟ ਕਰਨੀਆਂ ਨੇ ਪੁਰਾਣੇ ਭਾਂਡੇ ਕਰਕੇ ਚਰਖਾ ਪਿਆ ਚਰਖੇ ਪੀੜੀਆਂ ਕੱਤਣੀ ਕੋਈ ਗੱਲ ਨੀ ਦੁਬਾਰੇ ਆਵਾਂਗੇ ਇੰਟਰਵਿਊ ਵਾਸਤੇ ਤੁਸੀਂ ਮੈਂ ਆਪਦੇ ਗਹਿਣਿਆਂ ਤੋਂ ਵੱਧ ਮਾਤਾ ਪਈ ਹੈ।